ਬਾਜਵਾ ਸਾਹਿਬ ਦੇ ਫੇਸਬੁੱਕ ਪੇਜ ਤੋਂ ਜਿੰਨੇ ਵੀ ਸੱਜਣ ਲਾਈਵ ਜੁੜੇ ਆ ਸਰ, ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਪੇਜ ਬਾਜਵਾ ਸਾਹਿਬ ਦਾ। ਅਤੇ ਬੋਲਣ ਦੇ ਲਈ ਉਹਨਾਂ ਨੇ ਮੈਨੂੰ ਪਹਿਲਕਦਮੀ ਕਰਨ ਦੇ ਲਈ ਕਿਹਾ, ਕਿਉਂਕਿ ਨਿਊਯਾਰਕ ਦੇ ਵਿੱਚ ਅੱਜ ਅਸੀਂ ਅਨਾਊਂਸਮੈਂਟ ਕਰ ਰਹੇ ਹਾਂ ਕੋਵਿਡ ਤੋਂ ਬਾਅਦ ਪਹਿਲਾ ਪੰਜਾਬੀ ਮੇਲਾ ਜਿਹੜਾ ਬਲਵਿੰਦਰ ਬਾਜਵਾ ਜੀ ਹੁਣਾਂ ਨੇ ਸ਼ੁਰੂ ਕਰਨ ਦੇ ਬਾਰੇ ਜਿਹੜੀ ਅਨਾਊਂਸਮੈਂਟ ਅੱਜ ਕੀਤੀ ਹੈ। ਅੱਜ ਸੁਪਰੀਮ ਡਾਈਨਰ ਜਿਹੜਾ ਬਾਜਵਾ ਸਾਹਿਬ ਦਾ ਰੈਸਟੋਰੈਂਟ, ਉਹਦੇ ਵਿੱਚ ਅਸੀਂ ਸਾਰੇ ਮੀਡੀਆ ਵਾਲੇ ਜਿਹੜੇ ਸੱਜਣ ਇਕੱਠੇ ਹੋਏ ਸੀ, ਜਿਹਦੇ ਵਿੱਚ ਗੁਰਿੰਦਰ ਹੋਠੀ ਜੀ PTC ਤੋਂ, ਆਪਣੇ ਤੇਜਿੰਦਰ ਭਾਜੀ, ਤਰਿੰਦਰ ਸਿੰਘ ਨੰਗਲ ਜੀ ਮਹਾਂ ਪੰਜਾਬ ਅਖਬਾਰ ਤੋਂ, ਔਰ ਉਹਨਾਂ ਦੇ ਨਾਲ ਸਾਡੇ ਗੁਰਮੀਤ ਸਿੰਘ ਜੀ ਸਾਡੇ ਜਿਹੜੇ ਆਪਣਾ ਪੰਜਾਬ ਮੀਡੀਆ ਤੋਂ ਨੇ, ਆਪਣਾ ਪੰਜਾਬ NRI TV ਚਲਾਉਂਦੇ ਨੇ, ਔਰ ਨਾਲ ਦੀ ਨਾਲ ਮੇਰੀ ਸੇਵਾ ਲਾਈ ਹੈ ਵੀ ਅਸੀਂ ਸਾਰੇ ਰਲ ਮਿਲ ਕੇ ਇੱਕ ਸਾਰਿਆਂ ਦਾ ਸਾਂਝਾ ਅਸੀਂ ਜਿਹੜਾ ਮੇਲਾ ਰੱਖਿਆ ਹੈ ਤੀਆਂ ਦਾ ਮੇਲਾ 28 ਅਗਸਤ ਨੂੰ, 28 ਅਗਸਤ ਨੂੰ ਹਿੰਦੂ ਆਡੀਟੋਰੀਅਮ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਇਕੱਠੇ ਹੋਣਾ ਹੈ। ਇਹ ਬਾਜਵਾ ਸਾਹਿਬ ਦਾ ਇਕੱਲਿਆਂ ਦਾ ਮੇਲਾ ਨਹੀਂ, ਇਹ ਸਾਡਾ ਸਾਰਿਆਂ ਦਾ ਆਪਦਾ ਮੇਲਾ ਹੈ, ਕਿਉਂਕਿ ਕੋਵਿਡ ਤੋਂ ਬਾਅਦ ਇਹ ਪਹਿਲਾ ਮੇਲਾ ਹੋਏਗਾ ਜਿਹਦੇ ਵਿੱਚ ਸਾਰੇ ਰਲ ਮਿਲ ਕੇ ਹੁੰਮ ਹੁਮਾ ਕੇ ਪਹੁੰਚਣਗੇ, ਔਰ ਇਹਦੀ ਅੱਜ ਅਸੀਂ ਜਾਣਕਾਰੀ ਆਫੀਸ਼ੀਅਲ ਤੌਰ 'ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਔਰ ਸੁਪਰੀਮ ਡਾਈਨਰ ਦੇ ਵਿੱਚ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਸੀ, ਉਸ ਤੋਂ ਬਾਅਦ ਹੁਣ ਮੀਡੀਆ ਦੇ ਵਿੱਚ ਵੀ ਸਾਰਿਆਂ ਕੋਲ ਇਨਫੋਰਮੇਸ਼ਨ ਪਹੁੰਚੇਗੀ। ਸੋ ਆਓ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ, ਕਿਉਂਕਿ ਇਸ ਮੇਲੇ ਦੇ ਵਿੱਚ ਮੈਡਮ ਸੁਨੀਤਾ ਭੱਟੀ ਜੀ ਖਾਸ ਤੌਰ 'ਤੇ ਹਾਜ਼ਰੀ ਲਵਾਉਣਗੇ, ਰੇਸ਼ਮ ਸਿੰਘ ਰੇਸ਼ਮ ਜੀ ਨੇ, ਔਰ ਨਾਲ ਹੀ ਸਾਡੇ ਸ਼ਹਿਰੀ ਦੱਤਾ ਜੀ ਜਿਹੜੇ ਕਿ ਸਾਰੇ ਮੇਲਿਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਹੋ, ਸਟੇਜ ਹੋਸਟ ਕਰਦੇ ਨੇ, ਬੇਬੀ ਜੀ ਹੈ, ਇਹਨਾਂ ਦੀ ਟੀਮ ਵੱਲੋਂ ਕਾਫੀ ਪਰਫੋਰਮੈਂਸਿਸ ਉੱਥੇ ਹੋਣੀ ਹੈ। ZTV ਦੀ ਇੱਕ ਬਹੁਤ ਅੱਛੀ ਆਵਾਜ਼ ਹੈ, ਉਹ ਵੀ ਉੱਥੇ ਪਹੁੰਚ ਰਹੇ ਨੇ, ਹੋਰ ਵੀ ਕਈ ਦਰਸ਼ਨਾ ਮੈਨਲ ਜੀ ਉਹ ਵੀ ਪਹੁੰਚ ਰਹੇ ਨੇ, ਸਾਰੇ ਕੰਮਾਂ ਦੇ ਵਿਨਰ ਨੇ, ਔਰ ਰਿਤੂ ਸਾਗਰ ਜੀ ਖਾਸ ਤੌਰ ਤੇ ਬੋਸਟਨ ਤੋਂ ਇਸ ਮੇਲੇ ਦੇ ਵਿੱਚ ਪਹੁੰਚ ਰਹੇ ਨੇ, ਕਈ ਰੈਫਰਲ ਪ੍ਰਾਈਜ਼ ਵੀ ਉੱਥੇ ਕੱਢੇ ਜਾਣੇ ਨੇ, ਕਈਆਂ ਨੂੰ ਸਾਈਟੇਸ਼ਨ ਦਿੱਤੀ ਜਾਣੀ ਹੈ, ਔਰ ਮਿਸ ਤੇ ਮਿਸਿਸ ਪੰਜਾਬਣ ਵੀ ਉੱਥੇ ਕੱਢੀ ਜਾਣੀ ਹੈ। ਸੋ ਆਓ ਸਾਰੇ ਰਲ ਮਿਲ ਕੇ ਇੱਕ ਤੀਆਂ ਦੇ ਮੇਲੇ ਦੇ ਨਾਲ ਮੇਲਿਆਂ ਦੀ ਸ਼ੁਰੂਆਤ ਕਰੀਏ, ਔਰ ਮੇਲਿਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਅਸੀਂ ਗੱਲ ਕਰਦੇ ਵੀ ਮੇਲਿਆਂ ਦੇ ਵਿੱਚ ਬਾਬਾ ਬੋੜ ਹੈ ਸਾਡੇ, ਉਹ ਨੇ ਬਲਵਿੰਦਰ ਸਿੰਘ ਬਾਜਵਾ, ਔਰ ਇਹਨਾਂ ਨੇ ਹੀ ਸ਼ੁਰੂਆਤ ਕੀਤੀ ਸੀ ਨਿਊਯਾਰਕ ਦੇ ਵਿੱਚ ਮੇਲਿਆਂ ਦੀ, ਔਰ ਦੁਬਾਰਾ ਪਾਰੀ ਜਿਹੜੀ ਮੇਲਿਆਂ ਦੀ ਆ ਉਹ ਵੀ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਆ। ਪੋਸਟਰ ਬਹੁਤ ਸਾਡੇ ਭਰਾ ਪਾਈ ਜਾਂਦੇ ਨੇ, ਪਰ ਜਿਹੜੀ ਮੇਲੇ ਦੀ ਅਸਲੀ ਸ਼ੁਰੂਆਤ ਆ ਉਹ 28 ਅਗਸਤ ਨੂੰ ਨਿਊਯਾਰਕ ਦੇ ਵਿੱਚ ਹੋ ਜਾਣੀ ਹੈ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਸਾਨੂੰ ਲੋੜ ਆ ਸਾਡੇ ਕਲਚਰ ਨੂੰ ਸਾਂਭਣ ਦੀ। ਜਿਵੇਂ ਕਹਿੰਦੇ ਹੁੰਦੇ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ, ਇੱਥੇ ਮੁਟਿਆਰਾਂ ਵੀ ਹੈਗੀਆਂ ਚਰਖੇ ਵੀ ਹੈਗੇ ਆ, ਪਰ ਸਾਨੂੰ ਸਾਰਿਆਂ ਨੂੰ ਲੋੜ ਆ ਉਹ ਮੁਟਿਆਰ ਤੇ ਚਰਖੇ ਨੂੰ ਇਕੱਠਾ ਕਰਨ ਦੀ। ਸੋ ਉਹ ਕਰ ਰਹੇ ਨੇ ਬਲਵਿੰਦਰ ਸਿੰਘ ਬਾਜਵਾ ਜੀ। ਸੋ ਬਾਜਵਾ ਜੀ ਕੀ ਕਹੋਗੇ ਜਿਹੜਾ ਮੇਲਾ ਆਪਾਂ ਆਰਗੇਨਾਈਜ਼ ਕਰ ਰਹੇ ਹਾਂ ਉਹਦੇ ਬਾਰੇ? ਮੇਲਾ ਆਪਾਂ ਸਾਰੇ ਰਲ ਮਿਲ ਕੇ ਆਰਗੇਨਾਈਜ਼ ਕਰ ਰਹੇ ਹਾਂ ਕਿ ਆਈ ਥਿੰਕ ਕੋਵਿਡ-19 ਤੋਂ ਬਾਅਦ ਇਹ ਪਹਿਲਾ ਨਿਊਯਾਰਕ ਜਾਂ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਪਹਿਲਾ ਪ੍ਰੋਗਰਾਮ ਹੋਣ ਜਾ ਰਿਹਾ ਤੀਆਂ ਦਾ। ਇਹ ਜਿਹੜਾ ਸਾਰਿਆਂ ਨੇ ਆਪਾਂ ਰਲ ਮਿਲ ਕੇ ਜਿਹੜਾ ਤੀਆਂ ਦਾ ਤਿਉਹਾਰ ਮਨਾਉਣਾ ਹੋਵੇ, ਸਾਰੇ ਆਰਟਿਸਟ, ਕਿਉਂਕਿ ਸਾਡੇ ਕੋਲ ਬੜੇ ਬੜੇ ਵੱਡੇ ਆਰਟਿਸਟ ਨੇ, ਕਈ ਵਾਰੀ ਤਗੜੇ ਆਰਟਿਸਟ ਜਦੋਂ ਸਾਡੇ ਕੋਲ ਆਪਣੇ ਕੋਲ ਆ ਕੇ ਜਾਂਦੇ ਨੇ ਸਾਨੂੰ ਇੱਦਾਂ ਲੱਗਦਾ ਲੋਕਲ ਹੈ, ਪਰ ਲੋਕਲ ਜਿਹੜੇ ਨੇ ਕਈ ਵਾਰੀ ਉਹਨਾਂ ਦਾ ਇੰਟਰਨੈਸ਼ਨਲ ਦੇ ਨਾਲ ਜ਼ਿਆਦਾ ਦਮ ਹੁੰਦਾ ਜਿਹੜਾ ਅਸੀਂ ਸਮਝ ਨਹੀਂ ਸਕਦੇ, ਜਿੱਦਾਂ ਪੰਜਾਬੀ 'ਚ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ, ਪਰ ਇਹ ਗੱਲਾਂ ਨਹੀਂ ਹੈਗੀਆਂ। ਇਹ ਵੇਖਿਓ ਜਦੋਂ ਇਹਨਾਂ ਨੇ ਰੌਣਕਾਂ ਲਾਉਣੀਆਂ ਫਿਰ ਪਤਾ ਲੱਗਣਾ ਹੋਵੇ ਕਿ ਇਹਨਾਂ ਨੇ ਦੁਨੀਆ ਦੇ ਵਿੱਚ ਆਪਣੀ ਜਿਹੜੀ ਆਵਾਜ਼ ਹੈ, ਇਹਨਾਂ ਸਾਰੇ ਕਲਾਕਾਰਾਂ ਨੇ ਆਪਣੀ ਆਵਾਜ਼ ਦੇ ਦਮ ਦੇ ਨਾਲ ਪੰਜਾਬੀ ਫੋਕ ਦੇ ਵਿੱਚ, ਜਿੱਦਾਂ ਸੁਨੀਤਾ ਭੱਟੀ ਹੈ, ਇਹਨਾਂ ਨੇ ਬੜਾ ਲੰਮਾ ਸਮਾਂ ਡਿਊਟ ਵੀ ਗਾਏ, ਸੋਲੋ ਵੀ ਗਾਏ, ਜਿੱਥੇ ਵੀ ਜਿਹੜੀ ਵੀ ਲਾਈਨ 'ਚ ਇਹਨਾਂ ਨੇ ਗਾਇਆ ਇਹਨਾਂ ਨੇ ਬੜਾ ਨਾਮ ਕੀਤਾ। ਰੇਸ਼ਮ ਸਿੰਘ ਰੇਸ਼ਮ ਜਿਹੜੇ ਇੱਕ ਬੜਾ ਵਧੀਆ ਜਿਹੜਾ ਫੋਕ ਦੇ ਸਿੰਗਰ ਨੇ, ਇਹਨਾਂ ਨੇ ਡਿਊਟ ਵੀ ਕਰਨਾ, ਇਹਨਾਂ ਨੂੰ ਮੈਂ ਕਿਹਾ ਡਿਊਟ ਵੀ ਇਹਨਾਂ ਨੇ ਤਿਆਰ ਕੀਤੇ ਨੇ। ਸ਼ਹਿਰੀ ਦੱਤਾ ਜੀ ਸਾਡੇ ਜਿਹੜੇ ਇੱਥੋਂ ਦੇ ਹੋਸਟ, ਹਰ ਮੇਲੇ ਦੇ ਵਿੱਚ ਪ੍ਰੋਗਰਾਮ ਦੀ ਸ਼ਾਨ ਹੁੰਦੇ ਨੇ, ਉਹਨਾਂ ਦੇ ਹੱਥੇ ਸਾਰੀ ਸਟੇਜ ਹੋਣੀ ਹੈ। ਬੇਬੀ ਜੀ ਜਿਹੜੇ ਕਿ ਆਪਣੀ ਸਾਰੀ ਹੀ ਟੀਮ ਲੈ ਕੇ ਦਿਨ ਰਾਤ ਜਿਹੜੀ ਇਹਨਾਂ ਦੀ ਟੀਮ ਹੈ ਪੂਰਾ ਜ਼ੋਰ ਲੈ ਕੇ ਅਸੀਂ ਇਸ ਤੀਆਂ ਦੇ ਮੇਲੇ ਨੂੰ ਕਾਮਯਾਬ ਕਰਨਾ। ਸਾਡਾ ਮੀਡੀਆ ਗੁਰਮੀਤ ਜੀ, ਆਪਣਾ ਪੰਜਾਬ ਰੇਡੀਓ, NRI TV ਅਖਬਾਰ, ਇਹ ਸਾਰਿਆਂ ਤੋਂ PTC ਤੋਂ ਹੋਠੀ ਸਾਹਿਬ ਜੀ, ਮਹਾਂ ਪੰਜਾਬ ਤੋਂ ਤੇਜੀ ਜੀ, ਇਹ ਸਾਰੇ ਬੈਠੇ ਨੇ। ਬਾਕੀ ਉਹ ਬਲਵੀਰ ਸਿੰਘ ਬੈਠੇ ਨਾਲ, ਇਹ ਵੀ ਇੱਥੇ ਬੈਠੇ ਜਿਹੜੇ ਸਾਰੇ ਹੀ ਇਸ ਮੇਲੇ ਦੇ ਵਿੱਚ ਜਿਹੜੇ ਰਲ ਮਿਲ ਕੇ ਸਾਰੇ ਵਰਕ ਕਰ ਰਹੇ ਨੇ, ਜਿਨ੍ਹਾਂ ਨੇ ਕਿ ਇਸ ਤੀਆਂ ਦੇ ਮੇਲੇ ਨੂੰ ਪਹਿਲੀ ਵਾਰੀ ਅਸੀਂ ਕਿਸੇ ਆਡੀਟੋਰੀਅਮ ਦੇ ਵਿੱਚ ਤੀਆਂ ਦਾ ਮੇਲਾ ਕਰ ਰਹੇ ਹਾਂ। ਆਪਾਂ ਦੇਖਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਦੇਸ਼ਾਂ 'ਚ ਤੀਆਂ ਦੇ ਮੇਲੇ ਲੱਗਦੇ, ਆਪਣੇ ਮੇਲੇ ਤਾਂ ਬੜੇ ਲੱਗਦੇ ਨੇ, ਪਰ ਤੀਆਂ ਦਾ ਮੇਲਾ ਪਹਿਲੀ ਵਾਰੀ ਕਿਸੇ ਜਿਹੜਾ ਵੱਡੇ ਹਾਲ ਦੇ ਵਿੱਚ ਹੋਣ ਜਾ ਰਿਹਾ। ਸੋ ਸਾਰੇ ਰਲ ਮਿਲ ਕੇ ਉਸ ਦਿਨ ਖੁਸ਼ੀਆਂ ਮਨਾਈਏ, ਸਾਰੇ ਜਣੇ ਆਪਣੀਆਂ ਸੱਸਾਂ ਨੂੰਹਾਂ ਦੇ ਨਾਲ ਆਉਣ,
ਮਾਵਾਂ ਭੈਣਾਂ ਸਾਰੀਆਂ ਹੀ ਬਜ਼ੁਰਗਾਂ ਜਿੰਨੇ ਵੀ ਹਨ ਉਹ ਸਾਰੇ ਆਉਣ, ਜਿਹੜੇ ਬੱਚੇ ਆਉਣਗੇ ਬੱਚਿਆਂ ਨੂੰ ਕੋਈ ਗੱਲ ਨਹੀਂ, ਅਸੀਂ ਫਰੀ ਐਂਟਰੀ ਦੇਵਾਂਗੇ, ਟਿਕਟ ਟੁਕਟ ਦੀ ਕੋਈ ਗੱਲ ਨਹੀਂ, ਜਿਹੜਾ ਕੋਈ ਟਿਕਟ ਨਹੀਂ ਲੈ ਸਕਦਾ ਸੀ ਉਹ ਤਾਂ ਵਾੜ ਲਾਂਗੇ, ਕੋਈ ਗੱਲ ਨਹੀਂ। ਸਰ ਬਾਜਵਾ ਸਾਹਿਬ ਨੇ ਅਨਾਊਂਸ ਕਰਤਾ ਵੀ ਟਿਕਟ ਦਾ ਕੋਈ ਕਮੀ, ਵੈਸੇ ਟਿਕਟ $25 ਦੀ ਆ, ਜੇ ਕੋਈ ਚਾਰ ਲਊਗਾ ਇੱਕ ਫਰੀ। ਅੱਛਾ ਜੀ, ਆਪਾਂ ਨੂੰ ਬਹੁਤ ਵੱਡੀ ਗਿਣਤੀ 'ਚ ਬੂਟਾ ਸਿੰਘ ਖੜੌਤ ਜੀ ਨਿਊ ਜਰਸੀ ਤੋਂ ਵੇਖ ਰਿਹਾ, ਬੂਟਾ ਜੀ ਆ ਜਾਓ ਤੁਸੀਂ ਵੀ, ਰਮਨਦੀਪ ਔਰ ਸਾਡੇ ਧੀਰਜ ਬਾਈ ਜੀ ਦੇਖ ਰਹੇ ਆ, ਗੁਰਮੀਤ ਜੀ, ਸਨੀ ਜੀ, ਕੁਲਵੀਰ ਸਹੋਤਾ ਜੀ, ਸਾਰੇ ਸਾਨੂੰ ਦੇਖ ਰਹੇ, ਧੀਰਜ ਹੁਣੀ ਦੇਖ ਰਹੇ ਦੇ, ਧੀਰਜ ਕਹਿੰਦੇ ਵੀ ਉਹਨਾਂ ਨੇ ਸਾਨੂੰ ਬੈਸਟ ਆਫ ਲੱਕ ਭੇਜਿਆ, ਸੋ ਚੰਗੀ ਗੱਲ ਆ। ਸਾਨੂੰ ਕਰਦੇ ਕਰਦੇ ਆਪਾਂ ਨੂੰ ਲਾਡੀ ਗਿੱਲ ਹੁਣੀ ਵੀ ਵੇਖ ਰਿਹਾ, ਲਾਡੀ ਬਾਜਵਾ ਵੀ ਵੇਖ ਰਿਹਾ, ਮੈਨੂੰ ਲੱਗਦਾ ਲੱਖੀ ਗਿੱਲ ਵੀ ਵੇਖ ਰਹੇ ਆ, ਤੇ ਲਾਡੀ ਬਾਜਵਾ ਜੀ ਕਹਿ ਰਿਹਾ ਵੀ ਗ੍ਰੇਟ ਭਾਜੀ, ਆਲ ਦਾ ਬੈਸਟ, ਚੰਗੀ ਗੱਲ ਆ। ਬਾਜਵਾ ਬਾਜਵੇ ਦੇ ਨਾਲ, ਬਾਜਵਾ ਬਾਜਵੇ ਨਾਲ ਖੜਾ ਹੈ, ਹੁਣ ਇਹ ਅੰਗੂਠਾ ਦਿਖਾ ਰਹੇ, ਪਤਾ ਨਹੀਂ ਅੰਗੂਠਾ ਦਿਖਾ ਰਹੇ ਕਿ ਗੁੱਡ ਲੱਕ ਕਹਿ ਰਿਹਾ। ਸੋ ਸੁਨੀਤਾ ਭੱਟੀ ਜੀ, ਹਾਂਜੀ, ਕੀ ਕਹਿਣਾ ਚਾਹੋਗੇ ਜੀ ਤੁਸੀਂ, ਗਾਇਬ ਕਾਹਤੋਂ ਰਹੇ, ਪਹਿਲਾਂ ਤਾਂ ਇਹ ਦੱਸੋ, ਨਿਊਯਾਰਕ ਦੇ ਵਿੱਚ ਰਹਿੰਦੇ ਹੋਏ ਵੀ ਸਾਨੂੰ ਲੱਭਦੇ ਕਿਉਂ ਨਹੀਂ? ਬਈ ਤੁਸੀਂ ਭੁੱਲ ਗਏ, ਮੈਂ ਤਾਂ ਇੱਥੇ ਹੀ ਆ। ਕਰੋਨਾ ਨੇ ਸਭ ਨੂੰ ਗਾਇਬ ਕਰ ਦਿੱਤਾ, ਕਰੋਨਾ ਨੇ ਸਾਰਿਆਂ ਨੂੰ ਘਰਾਂ 'ਚ ਵਾੜਤਾ ਸੀ, ਪਰ ਹੁਣ ਅਸੀਂ ਧੰਨਵਾਦ ਕਰਦੇ ਹਾਂ ਬਾਜਵਾ ਜੀ ਦਾ ਕਿ ਜਿਨ੍ਹਾਂ ਨੇ ਫਿਰ ਹੁਣ ਮੌਕਾ ਸਾਂਭਿਆ ਅਤੇ ਫਿਰ ਸਾਰੇ ਕਲਾਕਾਰਾਂ ਨੂੰ ਬਾਹਰ ਕੱਢਿਆ। ਔਰ ਮੈਂ ਬੜਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਬਾਜਵਾ ਜੀ ਦੀ ਕਿ ਇਹਨਾਂ ਨੇ ਫਿਰ ਇਸ ਮਹਿਮਾਨੀ ਨੂੰ ਯਾਦ ਕੀਤਾ ਇਸ ਤੀਆਂ ਦੇ ਮੇਲੇ ਲਈ। ਔਰ ਬੜੀ ਖੁਸ਼ ਹਾਂ, ਮੈਂ ਬੜੀ ਐਕਸਾਈਟਿਡ ਹਾਂ ਕਿ ਅਸੀਂ ਕਦੋਂ, ਕਿਉਂਕਿ ਕਾਫੀ ਦੇਰ ਬਾਅਦ ਹੁਣ ਮੈਂ ਪਰਫੋਰਮ ਕਰਾਂਗੀ, ਬਹੁਤ ਅੱਛਾ ਲੱਗ ਰਿਹਾ। ਬਾਜਵਾ ਜੀ ਤੁਸੀਂ, ਮੈਨੂੰ ਪਤਾ ਤੁਸੀਂ ਬਹੁਤ ਖੁਸ਼ ਹੋ, ਔਰ ਸਾਰੇ ਅਸੀਂ ਇਸੇ ਤਰ੍ਹਾਂ ਖੁਸ਼ ਹਾਂ, ਬੜੇ ਐਕਸਾਈਟਿਡ ਹਾਂ। ਗੀਤ ਸੁਣਾਓ ਕੋਈ, ਤਾੜੀਆਂ ਦੇ ਨਾਲ ਗੀਤ। ਮੈਂ ਸੋਹਣੀ ਇੱਕ ਬੋਲੀ ਸੁਣਾ ਦਿੰਦੀ ਗੱਡੀ ਨੂੰ ਖਾਲੀ ਤੋਰ ਦੇ, ਮੇਰੀ ਸੋਹਰੇ ਜਾਣਾ ਗੱਡੀ ਨੂੰ ਖਾਲੀ ਤੋਰ ਦੇ। ਸੋ ਇਹ ਇਹ ਭਾਈ ਸਾਡੀਆਂ ਪੁਰਾਣੀਆਂ ਮਿੱਠੀਆਂ ਬੋਲੀਆਂ ਨੇ, ਉਦੋਂ ਹੁੰਦਾ ਏਦਾਂ ਹੁੰਦਾ ਸੀ ਬਾਜਵਾ ਜੀ, ਸਹੁਰੇ ਜਾ ਮਤਲਬ ਪੇਕੇ ਜਾ ਕੇ ਕੁੜੀਆਂ ਚਾਹ ਬਣ ਜਾਂਦੀਆਂ ਸੀ, ਹੈ ਨਾ, ਮਾਣ ਹੁੰਦਾ ਸੀ ਵਕਤਾਂ, ਤੇ ਫਿਰ ਜਦੋਂ ਮਾਹੀ ਲੈਣ ਜਾਂਦਾ ਸੀ ਫਿਰ ਆਈ ਕਹਿੰਦੀ ਅਸੀਂ ਨੀ ਜਾਣਾ ਹਜੇ। ਸੋ ਬਹੁਤ ਸੋਹਣੀ ਇੱਕ ਸਾਡੀ ਇਹ ਬੜੀ ਖੁਸ਼ੀਆਂ ਦੀ ਗੱਲ ਹੈ ਕਿ ਸਾਰੇ ਭੈਣਾਂ ਹੁਮ ਆ ਕੇ ਅਸੀਂ ਪਹੁੰਚੀਏ, ਭੰਗੜੇ ਪਾਈਏ, ਗਿੱਧੇ ਪਾਈਏ, ਹੋਰ ਵੀ ਪੁਰਾਣਾ ਪੁਰਾਣਾ ਰੰਗ ਜਿਹੜਾ ਹੈਗਾ ਅਸੀਂ ਪੇਸ਼ ਕਰਾਂਗੇ। ਬਿਲਕੁਲ ਜੀ, ਸ਼ੈਰੀ ਜੀ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤੇ ਇਹਨਾਂ ਨੂੰ ਸੁਣ ਹੀ ਰਹੀ ਹੈਗੀ ਆ, ਜਿੰਨੀ ਕਿ ਐਕਸਾਈਟਮੈਂਟ ਹੈਗੀ ਆ ਸ਼ਾਇਦ ਓਨੀ ਕਿ ਐਕਸਾਈਟਮੈਂਟ ਮੇਰੇ ਅੰਦਰ ਵੀ ਹੈਗੀ ਆ। ਸੋ ਅੱਜ ਅਸੀਂ ਫੇਸਬੁੱਕ ਦੇ ਜ਼ਰੀਏ ਆਪਣੀ ਸਾਰੀਆਂ ਭੈਣਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਕਿ ਫਸਟ ਆਫ ਆਲ ਥੈਂਕਸ ਟੂ ਬਲਵਿੰਦਰ ਸਿੰਘ ਬਾਜਵਾ ਜੀ ਸੁਪਰ ਐਂਟਰਟੇਨਮੈਂਟ ਦੇ ਵੱਲੋਂ ਹਿੰਦੂ ਆਡੀਟੋਰੀਅਮ 28 ਅਗਸਤ ਨੂੰ ਦੁਪਹਿਰੇ 1 ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਅਸੀਂ ਸਾਰੇ ਹੁੰਮ ਹੁਮਾ ਕੇ ਪਹੁੰਚਾਂਗੇ ਔਰ ਇੰਜੋਏ ਕਰਾਂਗੇ ਤੀਆਂ, ਜਿਸ 'ਤੇ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਉਡੀਕ ਹੁੰਦੀ ਹੈ। ਔਰ ਨਿਊਯਾਰਕ ਦੇ ਵਿੱਚ ਖਾਸ ਲਓ ਜੀ, ਪ੍ਰਮੋਟਰ ਸਾਡੇ ਨਾਲ ਜੁੜਦੇ ਜਾਂਦੇ ਸਾਰੇ, ਸਾਡੇ ਬਾਈ ਲਖਵੀਰ ਜੰਡੀ ਉਹ ਵੀ ਜੁੜ ਚੁੱਕੇ ਆ, ਤੇ ਲੱਖੀ ਗਿੱਲ ਹੁਣ ਆ ਚੁੱਕੇ, ਉਹ ਵੀ ਜੁੜ ਚੁੱਕੇ ਸਾਡੇ ਨਾਲ। ਲੱਖੀ ਗਿੱਲ ਨੂੰ ਐਂਟਰੀ ਨਹੀਂ ਮਿਲਣੀ, ਭਾਬੀ ਨੂੰ ਭੇਜ ਸਕਦੇ ਤੁਸੀਂ। ਹਾਂਜੀ ਬੋਲੀ ਸੁਣਾਓ ਜੀ। ਤੀਆਂ ਦਾ ਮੇਲਾ ਜਿਹੜਾ ਆਪਾਂ ਕਰ ਰਹੇ ਹਾਂ ਤੇ ਬਸ ਇਹ ਤੇ ਆਪਾਂ ਹੋਮਾ ਕੇ ਗਿੱਧਾ ਭੰਗੜਾ ਸਾਰਾ ਕੁਛ ਇਹੀ ਕੰਮ ਕਰਨੇ ਤੇ ਹੋਮਾ ਕੇ ਭੈਣਾਂ ਪਹੁੰਚਣ। ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਾਊ ਬਤੇਰਾ, ਲਓ ਜੀ ਰੇਸ਼ਮ ਜੀ ਤੁਹਾਡਾ ਕਾਲਜਾ ਸੜਿਆ ਤੇ ਹੁਣ ਕੀ ਕਹਿਣਾ ਚਾਹੋਗੇ? ਹਾਂਜੀ ਸਭ ਤੋਂ ਪਹਿਲਾਂ ਮੈਂ ਕੁਛ ਬੋਲ ਰਿਹਾ, ਮੈਂ ਬਲਵਿੰਦਰ ਸਿੰਘ ਬਾਜਵਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਕਿਉਂਕਿ ਇਹ ਜਿਹੜੀਆਂ ਰੌਣਕਾਂ, ਇਹ ਮਤਲਬ ਇੱਕ ਕਹਾਵਤ ਆ, ਨਦੀ ਨਾਮ ਸੰਜੋਗੀ ਮੇਲੇ, ਕਿਉਂਕਿ 1.5 ਸਾਲ ਅਸੀਂ ਕਦੇ ਪ੍ਰੋਗਰਾਮ ਨਹੀਂ ਕੀਤਾ,
ਘਰਾਂ ਦੇ ਵਿੱਚ ਬੈਠੇ ਹਾਂ ਅਤੇ ਸਾਜ਼ ਨਹੀਂ ਕਦੇ ਵਜਾਏ। ਸਾਜ਼ ਵੀ ਜਿੱਦਾਂ ਸਾਨੂੰ ਸਰਾਫ ਦਿੰਦੇ ਹੁੰਦੇ ਆ, ਸਾਜ਼ਾਂ ਵੱਲ ਨੂੰ ਦੇਖ ਲੈਂਦੇ ਹਾਂ ਅਤੇ ਲੇਕਿਨ ਵਜਾਏ ਨਹੀਂ ਕਦੇ ਵੀ। ਸੁਣਾਓ ਜੀ। ਮੈਂ ਬਹੁਤ ਬਹੁਤ ਧੰਨਵਾਦ। ਪਹਿਲਾ ਪ੍ਰੋਗਰਾਮ ਇਹ ਬਾਜਵਾ ਸਾਹਿਬ ਕਰਾ ਰਹੇ ਨੇ, ਬਲਵਿੰਦਰ ਸਿੰਘ ਬਾਜਵਾ ਜੀ ਸੁਪਰ ਐਂਟਰਟੇਨਮੈਂਟ, ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁੰਮ ਹਮਾ ਕੇ ਪਹੁੰਚੋ, ਮੇਰੀਆਂ ਭੈਣਾਂ ਮਾਤਾਵਾਂ ਛੋਟੇ ਬੱਚੇ ਅਤੇ ਤੁਹਾਡਾ ਅਸੀਂ ਉੱਥੇ ਜਾ ਕੇ ਮਨੋਰੰਜਨ ਕਰਾਂਗੇ। ਹਾਂਜੀ, ਮੇਰਾ ਨਵਾਂ ਗੀਤ ਜਿਹੜਾ ਆ ਆਪਣੇ ਜਿਹੜਾ ਮਰਜ਼ੀ ਸੁਣਾ ਦਿਓ, ਬਸ ਟ੍ਰੇਲਰ ਜਿਹਾ ਦਿਖਾ ਦਿਓ। ਪਹਿਲਾਂ ਉਹ ਸੁਣਾ ਕੇ ਨਵਾਂ ਵੀ ਉਹ ਜਿਹੜਾ ਉਹ ਸੁਣਾਇਆ ਨੀ ਤੁਸੀਂ, ਇੱਕ ਜਿਹੜਾ ਆਪਣੇ ਫਾਰਮ ਦੀ ਯਾਦ ਹੁੰਦੀ ਹੈ, ਆਉਣ ਦਿਓ ਆਉਣ ਦਿਓ। ਨਹੀਂ ਨਹੀਂ, ਇੱਕੋ ਇੱਕੋ ਸੁਣਾਉਣਾ, ਉਹ ਜਿਹੜਾ ਉਹਨਾਂ ਨੇ ਕਿਹਾ ਉਹ ਵੀ ਸੁਣਾ ਦਿਓ। ਉਹ ਸੁਣਾਓ। ਰੁੱਤ ਬਦਲੀ ਤਾਂ ਢੰਗ ਬਦਲ ਗਏ, ਜਦ ਬਖਤ ਬਦਲਿਆ ਮਿਊਜ਼ਿਕ ਬਲਵਿੰਦਰ ਬਾਜਵਾ ਬਦਲ ਗਏ, ਰੁੱਤ ਬਦਲੀ ਤਾਂ ਰੰਗ ਬਦਲ ਗਏ, ਜਦ ਬਖਤ ਬਦਲਿਆ ਤਾਂ ਢੰਗ ਬਦਲ ਗਏ, ਕਸਮਾਂ ਵਾਦੇ ਬਦਲ ਗਏ, ਕਸਮਾਂ ਵਾਦੇ ਬਦਲ ਗਏ, ਕੀ ਜ਼ੋਰ ਕੋਈ ਦੁਨੀਆ ਤੇ ਮਾਪਿਆਂ ਵਰਗੀ, ਮਾਪਿਆਂ ਵਰਗੀ, ਮਾਪਿਆਂ ਵਰਗੀ ਗੋਦ ਨਿੱਕੀ ਨਹੀਂ ਹੋਰ ਕੋਈ ਦੁਨੀਆ ਤੇ, ਨਹੀਂ ਹੋਰ ਕੋਈ ਦੁਨੀਆ ਤੇ, ਲੋਕ ਹੋਰ ਕੋਈ ਦੁਨੀਆ ਤੇ। ਬਹੁਤ ਸੋਹਣੀ ਆਵਾਜ਼ ਹੈ ਵਾਕਈ, ਕਹਿੰਦੇ ਨੇ ਓਲਡ ਇਜ਼ ਗੋਲਡ। ਉਹ ਵਿੱਚ ਅਮਰੀਕਾ ਕੇ ਬਣ ਗਏ ਜੱਟਾਂ ਦੇ ਪੁਤਲਾ ਲੇ, ਉਹ ਵਿੱਚ ਅਮਰੀਕਾ ਆ ਕੇ ਬਣ ਗਏ ਜੱਟਾਂ ਦੇ ਪੁਤਲਾ ਲੇ, ਬਸ ਬਹਿ ਕੇ ਜਾੜ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਬਸ ਬਹਿ ਕੇ ਜਾੜ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਹੋ ਚੁੱਕ ਪਾਈਪ ਨੂੰ ਜਦੋਂ ਖੋਲਾ ਟੁੱਟੀ, ਚੁੱਕ ਪਾਈਪ ਨੂੰ ਜਦੋਂ ਖੋਲਾ ਟੁੱਟੀ, ਮੈਨੂੰ ਲੱਗਦਾ ਟੂਪਲ ਜੋੜ ਲਿਆ, ਹੋ ਚੁੱਕ ਗੰਢਿਆ ਚੋਂ ਰੱਖ ਮਿਰਚਾਂ ਵਿੱਚ ਇੰਜ ਜਾਪੇ ਨੱਕਾ ਮੋੜ ਲਿਆ, ਚੁੱਕ ਗੰਢਿਆ ਵਿੱਚ ਰੱਖ ਮਿਰਚਾਂ ਵਿੱਚ ਇੰਜ ਜਾਪੇ ਨੱਕਾ ਮੋੜ ਲਿਆ, ਤੂੰ ਮੈਂ ਮਿੱਟੀ ਦੇ ਵਿੱਚ ਪਾ ਲੈਂਦਾ ਹਾਂ, ਮੈਂ ਮਿੱਟੀ ਦੇ ਵਿੱਚ ਪਾ ਲੈਂਦਾ ਹਾਂ ਉਂਗਲਾਂ ਦੇ ਨਾਲ ਫਾਲੇ, ਬਸ ਬਹਿ ਕੇ ਜਾੜ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਬਹਿ ਕੇ ਜਾੜ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ। ਸਾਰਿਆਂ ਨੇ ਪਹੁੰਚਣਾ ਜੀ, 28 ਅਗਸਤ ਨੂੰ ਮੇਲਾ ਹੋ ਰਿਹਾ, ਸੋ ਬਾਜਵਾ ਸਾਹਿਬ ਮਾਹੀ ਮੇ ਮਾਹੀ ਮੈਨੂੰ ਵੈਦ ਮਗਾ ਦੇ, ਆਵੇ ਸਾਹਿਬ ਸੁੱਖ ਦਾਵੇ ਮੇਰਾ, ਕੱਲ ਜਾ ਦੁੱਖ ਦਾਵੇ, ਸੋ ਸਾਰੇ ਡਿਊਟ ਵੀ ਉੱਥੇ ਹੋਣਗੇ, ਸੋ ਤਿਆਰੀ ਕਰੋ ਜੀ ਤੁਸੀਂ, ਬਾਜਵਾ ਸਾਹਿਬ ਮਿਊਜ਼ਿਕ ਡਾਇਰੈਕਟਰ ਇਹ ਕੰਮ ਰਹੇਗਾ ਜੀ ਜਿਹੜਾ, ਆਜੋ ਜੀ। ਸੋ 28 ਅਗਸਤ ਨੂੰ ਮੇਲਾ ਹੋ ਰਿਹਾ, ਸਾਰਿਆਂ ਨੇ ਉੱਥੇ ਜ਼ਰੂਰ ਪਹੁੰਚਣਾ, ਹਿੰਦੂ ਆਡੀਟੋਰੀਅਮ ਦੇ ਹਾਲ ਦੇ ਵਿੱਚ ਤੀਆਂ ਦਾ ਮੇਲਾ ਜਿਹੜਾ ਲਾਇਆ ਜਾ ਰਿਹਾ ਹੈ ਬਾਜਵਾ ਸਾਹਿਬ ਵੱਲੋਂ, ਸੁਪਰ ਐਂਟਰਟੇਨਮੈਂਟ ਵੱਲੋਂ, ਜਿੰਨੇ ਵੀ ਸਾਡੇ ਪ੍ਰਮੋਟਰ ਵੀਰ ਨੇ ਉਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਰੇ ਰਲ ਮਿਲ ਕੇ ਆਪਾਂ ਸਹਿਯੋਗ ਕਰੀਏ, ਕਿਉਂਕਿ ਪਹਿਲਾ ਮੇਲਾ ਹੋ ਰਿਹਾ ਨਿਊਯਾਰਕ ਦੇ ਵਿੱਚ, ਬਹੁਤ ਲੰਮੇ ਸਮੇਂ ਤੋਂ ਬਾਅਦ ਖੁਸ਼ੀਆਂ ਪਰਤਣ ਲੱਗੀਆਂ ਨੇ, ਇਹਨਾਂ ਖੁਸ਼ੀਆਂ ਨੂੰ ਆਪਾਂ ਸਾਰੇ ਮਾਣੀਏ। ਹਾਂਜੀ ਹਾਂਜੀ,
ਕਹਿੰਦੇ ਨੇ ਓਲਡ ਇਜ਼ ਗੋਲਡ ਹਮੇਸ਼ਾ ਸੋ ਅਸੀਂ ਯਾਦ ਕਰਦੇ ਹਾਂ ਸਾਡੇ ਉਹਨਾਂ ਪੁਰਾਣੇ ਆਰਟਿਸਟਾਂ ਨੂੰ ਵੀ ਜੋ ਕਿ ਮਹਾਨ ਆਰਟਿਸਟ ਜਿਨ੍ਹਾਂ ਦਾ ਜਿਹੜੇ ਲੋਕ ਗੀਤ ਨੇ ਉਹ ਕਦੇ ਵੀ ਕਹਿੰਦੇ ਨੇ ਲੋਕ ਗੀਤਾਂ ਵਰਗੇ ਗੀਤ ਬਣ ਗਏ ਨੇ ਸੋ ਇੱਕ ਡਿਊਟ ਅਸੀਂ ਕੋਸ਼ਿਸ਼ ਕਰਦੇ ਹਾਂ ਔਰ ਪ੍ਰੋਗਰਾਮ ਵਾਲੇ ਦਿਨ ਹੋਰ ਵਧੀਆ ਵਧੀਆ ਖੂਬਸੂਰਤ ਗੀਤ ਸੁਣਾਵਾਂਗੇ ਇੱਕ ਸਥਾਈ ਅਸੀਂ ਇਹ ਵੀ ਸੁਣਾਉਂਦੇ ਹਾਂ ਕਿਉਂ ਰਸ਼ਮ ਜੀ ਬਿਲਕੁਲ ਜੀ ਬਿਲਕੁਲ ਸੁਨੀਤਾ ਜੀ ਆਪਣੇ ਬੜਾ ਪੁਰਾਣਾ ਗੀਤ ਹੈ ਇਹ ਤੇ ਹੋਰ ਵੀ ਆਪਾਂ ਇੱਥੇ ਬਹੁਤ ਪੁਰਾਣੇ ਪੁਰਾਣੇ ਗਾਣੇ ਲਾਵਾਂਗੇ ਉਹ ਇੱਕ ਸੱਚ ਭੈਣਾਂ ਦਾ ਗੀਤ ਹੁੰਦਾ ਗਿੱਧਿਆਂ ਦੀ ਰਾਣੀ ਨੀ ਗਿੱਧੇ ਵਿੱਚ ਆ ਉਹ ਵੀ ਮੈਂ ਸੁਣਾਉਂਗਾ ਜ਼ਰੂਰ ਆ ਲਓ ਜੀ ਸਾਰੇ ਮੀਡੀਆ ਵੱਲੋਂ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਬਾਜਵਾ ਸਾਹਿਬ ਵੱਲੋਂ ਜੇ ਕੋਈ ਉਪਰਾਲਾ ਕੀਤਾ ਅਸੀਂ ਸਾਰੇ ਹੋਮਾ ਮਾ ਕੇ ਉਹਦੀ ਸਪੋਰਟ ਕਰੀਏ ਸੋ ਸਾਰਿਆਂ ਨੂੰ ਮਿਲਦੇ ਹਾਂ ਜੀ 28 ਅਗਸਤ ਦਿਨ ਸ਼ਨੀਵਾਰ ਨੂੰ ਦੁਪਹਿਰੇ 1 ਵਜੇ ਹਿੰਦੂ ਆਡੀਟੋਰੀਅਮ ਫਲਸ਼ਿੰਗ।